ਜੀ ਪਹਿਲਾਂ ਕਿਹਾ ਸੀ ਨਾ ਵੈਸੇ ਇਹਦੀ ਪੜਤਾਲ ਕਰਾਂਗੇ, ਇਹਦੀ ਘੋਖ ਕਰਾਂਗੇ, ਅਸੀਂ ਐਕਸਪਰਟਾਂ ਨਾਲ ਗੱਲ ਕਰਾਂਗੇ। ਜਿਸ ਵੇਲੇ ਇਹਦੀ ਐਕਸਪਰਟਾਂ ਨਾਲ ਬੈਠ ਕੇ ਗੱਲ ਹੋਈ, ਘੋਖ ਹੋਈ, ਇਹਦੇ 'ਚ ਕੀ ਹੈ, ਬੋਲਿਆ ਕੀ ਗਿਆ, ਅੰਦਰ ਕੀ ਕਿਹਾ ਗਿਆ, ਉਹ ਸਾਰੇ ਕੁਝ ਨੂੰ ਜਦੋਂ ਅਸੀਂ ਵਿਸ਼ਲੇਸ਼ਣ ਕੀਤਾ ਤਾਂ ਬਹੁਤ ਅੰਤਰ ਆਇਆ। ਪਹਿਲੀ ਗੱਲ ਤਾਂ ਇਹ ਹੈ ਕਿ ਸਰਕਾਰ ਨੇ ਕਿਹਾ ਕਿ ਅਸੀਂ ਜਿਹੜੀ ਦਾਲਾਂ ਖਰੀਦਣੀਆਂ ਉਹਨਾਂ ਦਾਲਾਂ ਨੂੰ ਖਰੀਦਣ ਨਾਲ ਸਾਨੂੰ 1.5 ਲੱਖ ਕਰੋੜ ਰੁਪਏ ਦਾ ਆਰਥਿਕ ਬੋਝ ਪਏਗਾ। ਹੁਣ ਅਗਲੀ ਗੱਲ ਇਹ ਹੈ ਕਿ ਸਾਡੇ ਐਕਸਪਰਟ ਕੀ ਕਹਿ ਰਹੇ ਨੇ, ਐਕਸਪਰਟ ਇਹ ਕਹਿ ਰਹੇ ਨੇ, ਸਾਊਥ ਦੇ ਬੜੇ ਐਕਸਪਰਟ ਨੇ, ਬੜੇ ਸਿਆਣੇ ਐਕਸਪਰਟ ਨੇ, ਉਹ ਇਹ ਕਹਿ ਰਹੇ ਆ ਕਿ ਬਈ ਨਹੀਂ, 1.25 ਲੱਖ ਕਰੋੜ ਰੁਪਏ ਕੇ ਸਾਥ ਤੋਂ ਪੂਰੇ ਦੇਸ਼ ਕੀ ਫਸਲ ਖਰੀਦੀ ਜਾ ਸਕਦੀ ਹੈ, ਇਤਨੇ ਬੋਝ ਪੜੇਗਾ। ਔਰ ਇਹ ਹੁਣ ਸੋਚੀਏ, ਹਮ ਮੂਰਖ ਬਣੇਗੇ ਕਿ ਇਨਕੋ ਇਹ ਕਹੇ ਕਿ ਆਪ ਇਤਨੇ ਬੋਝ ਸੇ ਇਤਨੇ ਹੀ ਕਿਸਾਨੋਂ ਕਾ ਮਤਲਬ ਕਾਮ ਕਰੋ, ਬਾਕੀ ਸਭ ਪੂਰੇ ਦੇਸ਼ ਕੋ ਕਹੇ ਛੋੜ ਦੇਂਗੇ। ਸੋ ਇਸ ਲਈ ਹਮਾਰੀ ਇਹ ਜ਼ਿੰਮੇਦਾਰੀ ਬਣਤੀ ਥੀ ਕਿ ਪੂਰੇ ਦੇਸ਼ ਕੇ ਕਿਸਾਨੋਂ ਕੇ ਹਿੱਤ ਕਾ ਧਿਆਨ ਰੱਖਾ ਜਾਏ। ਦਲਿਓ ਤਾਂ ਜਿਹੜੀ ਅੰਦਰ ਮੀਟਿੰਗ ਦੇ ਵਿੱਚ, ਕਿਉਂਕਿ ਉਸ ਵੇਲੇ ਬੜਾ ਪੋਜ਼ਿਟਿਵ ਮਾਹੌਲ ਲੱਗਿਆ, ਤਾਂ ਸਰਕਾਰ ਦੀ ਤੁਹਾਨੂੰ ਕੀ ਮਨਸ਼ਾ ਜਾਂ ਰਣਨੀਤੀ ਜਿਹੜੀ ਹੈ ਉਹਨੂੰ ਲੈ ਕੇ ਸ਼ੰਕੇ ਪੈਦਾ ਹੋਏ, ਕੀ ਲੱਗਦਾ? ਦੇਖੋ ਤੁਹਾਨੂੰ ਇਹ ਗੱਲ ਨਪਿੰਦਰ ਜੀ, ਮੈਂ ਪਹਿਲਾਂ ਹੀ ਗੱਲ ਦੱਸੀ ਹੈ ਕਿ ਇਹਨੂੰ ਸਟੱਡੀ ਕਰਨਾ ਬਹੁਤ ਜ਼ਰੂਰੀ ਹੁੰਦਾ। ਅਸੀਂ ਉੱਥੇ ਫਟਾਫਟ ਕਹਿ ਦਈਏ ਪੋਜ਼ਿਟਿਵ ਕੀ ਸੀ, ਪੋਜ਼ਿਟਿਵ ਇਹ ਸੀ ਕਿ ਸਰਕਾਰ ਨੇ ਕੁਛ ਅੱਗੇ ਤੁਰੀ ਹੈ, ਸਰਕਾਰ ਅੱਗੇ ਤੁਰੀ ਹੈ, ਤਾਂ ਸਾਡਾ ਫਰਜ਼ ਬਣਦਾ ਹੈ ਕਿ ਉਹਨੂੰ ਐਕਸੈਪਟ ਕਰਨਾ ਕਿ ਹਾਂ ਭਾਈ ਲੈ ਦੱਸੋ ਕੀ ਹੈ, ਇਹਦੇ 'ਤੇ ਅਸੀਂ ਚਰਚਾ ਕਰ ਲਾਂਗੇ। ਹੁਣ ਉਸ ਪ੍ਰਪੋਜ਼ਲ ਨੂੰ ਆਪਾਂ 2 ਲਫ਼ਜ਼ਾਂ 'ਚ ਨਿਬੇੜਨਾ ਹੋਵੇ ਤਾਂ ਉਸ ਪ੍ਰਪੋਜ਼ਲ ਦਾ ਕੀ ਬਣਿਆ? ਦੇਖੋ ਪ੍ਰਪੋਜ਼ਲ ਦੀ ਕੋਈ ਮਾਇਨਾ ਨਹੀਂ ਰਹਿੰਦਾ, ਜਿਹੜੀ ਪ੍ਰਪੋਜ਼ਲ ਸਾਡੇ ਕਿਸਾਨਾਂ ਨੂੰ ਲਾਭ ਨਹੀਂ ਦਿੰਦੀ ਉਹਦਾ ਕੋਈ ਫਾਇਦਾ ਨਹੀਂ। ਇਸੇ ਨੂੰ ਸਾਰੇ ਨੂੰ ਗੱਲ ਨੂੰ ਧਿਆਨ 'ਚ ਲੈ ਕੇ ਐਕਸਪਰਟਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਇਹਨੂੰ ਅਸੀਂ ਮਤਲਬ ਰਿਜੈਕਟ ਕੀਤਾ। ਅੱਗੇ ਦਾ 21 ਤਰੀਕ ਨੂੰ ਤੁਹਾਡੀ ਕੀ ਰਣਨੀਤੀ ਹੈ ਫਾਈਨਲ? ਸਾਡੀ ਰਣਨੀਤੀ ਹੈ ਕਿ ਅਸੀਂ ਪੂਰੀ ਤਰ੍ਹਾਂ ਸ਼ਾਂਤਮਈ ਰਹਿੰਦੇ ਹੋਏ ਆਪਦੀ ਪ੍ਰਪੋਜ਼ਲ ਬਣਾ ਕੇ ਵਿਉਂਤਬੰਦੀ ਕਰਾਂਗੇ, ਬੈਠਾਂਗੇ, ਬੈਠ ਕੇ ਚਰਚਾ ਕਰਾਂਗੇ ਕਿ ਅਸੀਂ ਅੱਗੇ ਜਿਹੜੇ ਕਿਵੇਂ ਵਧਣਾ ਹੈ, ਉਹ ਸਾਰਾ ਅਸੀਂ ਕੱਲ੍ਹ ਤੱਕ ਅਸੀਂ ਚਰਚਾ ਕਰਕੇ ਉਹ ਕਰਾਂਗੇ। 21 ਤਰੀਕ ਨੂੰ ਦਿੱਲੀ ਰਵਾਨਾ ਹੋਵੋਗੇ? ਹਾਂ, 21 ਤਰੀਕ ਨੂੰ ਕਿਹੜੇ ਰੂਪ 'ਚ ਹੁੰਦੇ ਆ ਉਹ ਦਿੱਲੀ ਰਵਾਨਾ ਹੋਵੋਗੇ। ਜੀ ਪਹਿਲਾਂ ਕਿਹਾ ਸੀ ਨਾ ਵੀ ਅਸੀਂ ਇਹਦੀ ਪੜਤਾਲ ਕਰਾਂਗੇ, ਇਹਦੀ ਘੋਖ ਕਰਾਂਗੇ, ਅਸੀਂ ਐਕਸਪਰਟਾਂ ਨਾਲ ਗੱਲ ਕਰਾਂਗੇ। ਜਿਸ ਵੇਲੇ ਇਹਦੀ ਐਕਸਪਰਟਾਂ ਨਾਲ ਬੈਠ ਕੇ ਗੱਲ ਹੋਈ, ਘੋਖ ਹੋਈ, ਇਹਦੇ 'ਚ ਕੀ ਹੈ, ਬੋਲਿਆ ਕੀ ਗਿਆ, ਅੰਦਰ ਕੀ ਕਿਹਾ ਗਿਆ, ਉਹ ਸਾਰੇ ਕੁਝ ਨੂੰ ਜਦੋਂ ਅਸੀਂ ਵਿਸ਼ਲੇਸ਼ਣ ਕੀਤਾ ਤਾਂ ਬਹੁਤ ਅੰਤਰ ਆਇਆ। ਪਹਿਲੀ ਗੱਲ ਤਾਂ ਇਹ ਹੈ ਕਿ ਸਰਕਾਰ ਨੇ ਕਿਹਾ ਕਿ ਅਸੀਂ ਜਿਹੜੀ ਦਾਲਾਂ ਖਰੀਦਣੀਆਂ ਉਹਨਾਂ ਦਾਲਾਂ ਨੂੰ ਖਰੀਦਣ ਨਾਲ ਸਾਨੂੰ 1.5 ਲੱਖ ਕਰੋੜ ਰੁਪਏ ਦਾ ਆਰਥਿਕ ਬੋਝ ਪਏਗਾ। ਹੁਣ ਅਗਲੀ ਗੱਲ ਇਹ ਹੈ ਕਿ ਸਾਡੇ ਐਕਸਪਰਟ ਕੀ ਕਹਿ ਰਹੇ ਨੇ, ਐਕਸਪਰਟ ਇਹ ਕਹਿ ਰਹੇ ਨੇ, ਸਾਊਥ ਦੇ ਬੜੇ ਐਕਸਪਰਟ ਨੇ, ਬੜੇ ਸਿਆਣੇ ਐਕਸਪਰਟ ਨੇ, ਉਹ ਇਹ ਕਹਿ ਰਹੇ ਹੈ ਕਿ ਬਈ ਨਹੀਂ, 1.25 ਲੱਖ ਕਰੋੜ ਰੁਪਏ ਕੇ ਸਾਥ ਤੋਂ ਪੂਰੇ ਦੇਸ਼ ਕੀ ਫਸਲ ਖਰੀਦੀ ਜਾ ਸਕਦੀ ਹੈ, ਇਤਨੇ ਬੋਝ ਪੜੇਗਾ। ਔਰ ਇਹ ਹੁਣ ਸੋਚੀਏ, ਹਮ ਮੂਰਖ ਬਣੇਗੇ ਕਿ ਇਨਕੋ ਇਹ ਕਹੇ ਕਿ ਆਪ ਇਤਨੇ ਬੋਝ ਸੇ ਇਤਨੇ ਹੀ ਕਿਸਾਨੋਂ ਕਾ ਮਤਲਬ ਕਾਮ ਕਰੋ, ਬਾਕੀ ਸਭ ਪੂਰੇ ਦੇਸ਼ ਕੋ ਕਹੇ ਛੋੜ ਦੇਂਗੇ। ਸੋ ਇਸ ਲਈ ਹਮਾਰੀ ਇਹ ਜ਼ਿੰਮੇਦਾਰੀ ਬਣਤੀ ਥੀ ਕਿ ਪੂਰੇ ਦੇਸ਼ ਕੇ ਕਿਸਾਨੋਂ ਕੇ ਹਿੱਤ ਕਾ ਧਿਆਨ ਰੱਖਾ ਜਾਏ। ਦਲਿਓ ਤਾਂ ਜਿਹੜੀ ਅੰਦਰ ਮੀਟਿੰਗ ਦੇ ਵਿੱਚ, ਕਿਉਂਕਿ ਉਸ ਵੇਲੇ ਬੜਾ ਪੋਜ਼ਿਟਿਵ ਮਾਹੌਲ ਲੱਗਿਆ, ਤਾਂ ਸਰਕਾਰ ਦੀ ਤੁਹਾਨੂੰ ਕੀ ਮਨਸ਼ਾ ਜਾਂ ਰਣਨੀਤੀ ਜਿਹੜੀ ਹੈ ਉਹਨੂੰ ਲੈ ਕੇ ਸ਼ੰਕੇ ਪੈਦਾ ਹੋਏ, ਕੀ ਲੱਗਦਾ? ਦੇਖੋ ਤੁਹਾਨੂੰ ਇਹ ਗੱਲ ਨਪਿੰਦਰ ਜੀ, ਮੈਂ ਪਹਿਲਾਂ ਹੀ ਗੱਲ ਦੱਸੀ ਹੈ ਕਿ ਇਹਨੂੰ ਸਟੱਡੀ ਕਰਨਾ ਬਹੁਤ ਜ਼ਰੂਰੀ ਹੁੰਦਾ। ਅਸੀਂ ਉੱਥੇ ਫਟਾਫਟ ਕਹਿ ਦਈਏ ਪੋਜ਼ਿਟਿਵ ਕੀ ਸੀ, ਪੋਜ਼ਿਟਿਵ ਇਹ ਸੀ ਕਿ ਸਰਕਾਰ ਨੇ ਕੁਛ ਅੱਗੇ ਤੁਰੀ ਹੈ, ਸਰਕਾਰ ਅੱਗੇ ਤੁਰੀ ਹੈ, ਤਾਂ ਸਾਡਾ ਫਰਜ਼ ਬਣਦਾ ਹੈ ਕਿ ਉਹਨੂੰ ਐਕਸੈਪਟ ਕਰਨਾ ਕਿ ਹਾਂ ਭਾਈ ਲੈ ਦੱਸੋ ਕੀ ਹੈ, ਇਹਦੇ 'ਤੇ ਅਸੀਂ ਚਰਚਾ ਕਰ ਲਾਂਗੇ। ਹੁਣ ਉਸ ਪ੍ਰਪੋਜ਼ਲ ਨੂੰ ਆਪਾਂ 2 ਲਫ਼ਜ਼ਾਂ 'ਚ ਨਿਬੇੜਨਾ ਹੋਵੇ ਤਾਂ ਉਸ ਪ੍ਰਪੋਜ਼ਲ ਦਾ ਕੀ ਬਣਿਆ? ਦੇਖੋ ਪ੍ਰਪੋਜ਼ਲ ਦੀ ਕੋਈ ਮਾਇਨਾ ਨਹੀਂ ਰਹਿੰਦਾ, ਜਿਹੜੀ ਪ੍ਰਪੋਜ਼ਲ ਸਾਡੇ ਕਿਸਾਨਾਂ ਨੂੰ ਲਾਭ ਨਹੀਂ ਦਿੰਦੀ ਉਹਦਾ ਕੋਈ ਫਾਇਦਾ ਨਹੀਂ। ਇਸੇ ਨੂੰ ਸਾਰੇ ਨੂੰ ਗੱਲ ਨੂੰ ਧਿਆਨ 'ਚ ਲੈ ਕੇ ਐਕਸਪਰਟਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਇਹਨੂੰ ਅਸੀਂ ਮਤਲਬ ਰਿਜੈਕਟ ਕੀਤਾ। ਅੱਗੇ ਦਾ 21 ਤਰੀਕ ਨੂੰ ਤੁਹਾਡੀ ਕੀ ਰਣਨੀਤੀ ਹੈ ਫਾਈਨਲ? ਸਾਡੀ ਰਣਨੀਤੀ ਹੈ ਕਿ ਅਸੀਂ ਪੂਰੀ ਤਰ੍ਹਾਂ ਸ਼ਾਂਤਮਈ ਰਹਿੰਦੇ ਹੋਏ
ਆਪਦੀ ਪ੍ਰਪੋਜ਼ਲ ਬਣਾ ਕੇ ਵਿਉਂਤਬੰਦੀ ਕਰਾਂਗੇ, ਬੈਠਾਂਗੇ, ਬੈਠ ਕੇ ਚਰਚਾ ਕਰਾਂਗੇ ਕਿ ਅਸੀਂ ਅੱਗੇ ਜਿਹੜੇ ਕਿਵੇਂ ਵਧਣਾ ਹੈ ਉਹ ਸਾਰਾ ਅਸੀਂ ਕੱਲ੍ਹ ਤੀਕਰ ਅਸੀਂ ਚਰਚਾ ਕਰਕੇ ਉਹ ਕਰਾਂਗੇ। 21 ਤਰੀਕ ਨੂੰ ਦਿੱਲੀ ਰਵਾਨਾ ਹੋਵੋਗੇ? ਹਾਂ, 21 ਤਰੀਕ ਨੂੰ ਕਿਹੜੇ ਰੂਪ 'ਚ ਹੁੰਦੇ ਹਾਂ ਉਹ ਦਿੱਲੀ ਰਵਾਨਾ ਹੋਵਾਂਗੇ।